ਪਰਾਲੀ ਨਾਲ ਭਰੀ ਟਰਾਲੀ ਨੇ ਕੱਢਿਆ ਗੱਡੀ ਦਾ ਕਚੁੰਬਰ, ਮੌਕੇ ਤੇ ਗੱਡੀ ਸਵਾਰ ਨੌਜਵਾਨ ਦੀ ਹੋ ਗਈ ਮੌਤ। ਨਹੀਂ ਵੇਖਿਆ ਹੋਣਾ ਕਦੇ ਅਜਿਹਾ ਹਾਦਸਾ, ਤਾਂ ਇੱਕ ਦਰਦਨਾਕ ਹਾਦਸਾ ਹੋਇਆ ਹੈ ਜਿੱਥੇ ਇੱਕ ਗੱਡੀ 'ਚ ਸਵਾਰ ਹੋ ਕੇ 6 ਨੌਜਵਾਨ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਨੂੰ ਇੱਕ ਪਰਾਲੀ ਦੇ ਨਾਲ ਭਰੀ ਹੋਈ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇਸ ਗੱਡੀ ਦਾ ਕਚੁੰਬਰ ਨਿਕਲ ਜਾਂਦਾ ਹੈ ਅਤੇ ਇਸ ਦੇ ਵਿੱਚ ਬੈਠੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ, ਜਦਕਿ ਬਾਕੀ 20 ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਦੱਸ ਦਈਏ ਕਿ ਹਾਦਸਾ ਦੀਨਾਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਵੇਖ ਸਕਦੇ ਹੋ ਕਿ ਹਾਲ ਇਸ ਗੱਡੀ ਦਾ ਹੋਇਆ। ਤਾਂ ਪੂਰੀ ਤਰੀਕੇ ਦੇ ਨਾਲ ਇਹ ਗੱਡੀ ਖਤਮ ਹੋ ਜਾਂਦੀ ਹੈ। ਤਾਂ ਮੌਕੇ 'ਤੇ ਜਿਵੇਂ ਹੀ ਇਹ ਹਾਦਸਾ ਹੋਇਆ ਤਾਂ ਕਾਫੀ ਲੰਬਾ ਜਾਮ ਲੱਗ ਜਾਂਦਾ ਹੈ, ਲੋਕ ਵੀ ਇਕੱਠੇ ਹੋ ਜਾਂਦੇ ਨੇ। ਇਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਫਿਰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ। ਤਾਂ ਇਸ ਦੇ ਵਿੱਚ ਬਾਕੀ ਹੋਰ ਨੌਜਵਾਨ ਵੀ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਤਾਂ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਰਾਲੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਵੇਖ ਸਕਦੇ ਹੋ ਕਿ ਵੱਡਾ ਹਾਦਸਾ ਹੋਇਆ ਜਿੱਥੇ ਗੱਡੀ ਦੇ ਵਿੱਚ 6 ਨੌਜਵਾਨ ਸਵਾਰ ਸੀ, ਤਾਂ ਇਹ ਰਾਤ ਦੇ ਸਮੇਂ ਜਾ ਰਹੇ ਸੀ ਤਾਂ ਇੱਕ ਤੂੜੀ ਦੇ ਨਾਲ ਭਰੀ ਟਰਾਲੀ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਂਜੀ, ਦੱਸਣ ਯੋਗ ਹੈ ਕਿ ਗੱਡੀ ਜਿਹੜੀ ਹੈ ਬ੍ਰਹਮਪੁਰ ਤੋਂ, ਗੱਡੀ ਬ੍ਰਹਮਪੁਰ ਤੋਂ ਔਰ ਵੱਜਣ ਦੇ ਚਾਂਸ ਕਿਹੜੀ ਚੀਜ਼ ਨਾਲ ਵੱਜੀ ਹੋਈ? ਇਹ ਕਹਿ ਰਹੇ ਵੀ ਜਿਹੜੀ ਗੱਠਾਂ ਵਾਲੀ ਟਰਾਲੀ ਆਉਂਦੀ ਆ ਉਹਦੇ ਨਾਲ ਇਹ ਹਾਦਸਾ ਜੋ ਹੈ ਵਾਪਰਿਆ। ਅਤੇ ਕਿੰਨੇ ਕੁ ਵਜੇ ਦੀ ਘਟਨਾ ਦੱਸ ਰਹੇ? ਘਟਨਾ ਜੋ ਉਹਨਾਂ ਦੇ ਘਰ ਦੇ ਦੱਸ ਰਹੇ ਆ ਵੀ 10:30 ਤੋਂ 11 ਦੇ ਵਿੱਚ ਦੀ ਆ, ਰਾਤ ਦੀ। ਜਾਂ ਰਾਤ ਦੀ ਘਟਨਾ? ਹਾਂਜੀ ਹਾਂਜੀ, ਰਾਤ ਦੀ। ਅਤੇ ਟਰਾਲੀ ਵਾਲੇ ਜਿਹੜੇ ਆ ਉਹ ਸਹਿਯੋਗ ਕਰਨ ਡਿਆ ਕਿ ਜਾਂ ਦੌੜ ਗਏ ਜਾਂ ਕਿੱਦਾਂ? ਇਸ ਚੀਜ਼ ਦਾ ਨਹੀਂ ਕੋਈ ਪਤਾ ਜੀ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਆਪਾਂ ਨੂੰ ਵੀ ਨੁਕਸਾਨ ਕਿੰਨਾ ਕੁ ਹੋਇਆ ਇੱਥੇ ਗੱਡੀ? ਨੁਕਸਾਨ ਇੱਕ ਜਿਹੜਾ ਮੁੰਡਾ ਆ ਬ੍ਰਹਮਪੁਰ ਤੋਂ ਲੱਭਾ ਵੀਰ ਹੀ ਆਪਣਾ, ਉਹਦੀ ਮੌਕੇ 'ਤੇ ਡੈਥ ਹੋ ਗਈ ਆ। ਬਾਕੀ ਜਿਹੜੇ ਵੀਰ ਆ ਉਹ ਸਾਰੇ ਕਹਿੰਦੇ ਵੀ ਐਡਮਿਟ ਕਰਾਏ ਹੋਏ ਆ। ਅਤੇ ਹਾਂਜੀ, ਅਤੇ ਰਾਤ ਦੀ ਘਟਨਾ? ਰਾਤ ਦੀ ਘਟਨਾ ਜੀ, ਮਿਲੀ ਇੱਕ ਮਤਲਬ ਬਾਟਵਾਲ ਪਿੰਡ ਲਾਗੇ ਨਾ ਇੱਕ ਸਵਾਰੀ ਗੱਡੀ ਅਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ। ਇਹਦੇ 'ਚ ਇੱਕ ਇੱਥੇ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ, ਇਹਦੇ 'ਚ ਇੱਕ ਬੰਦੇ ਦੀ ਡੈਥ ਹੋ ਗਈ ਮੌਕੇ 'ਤੇ ਅਤੇ ਇੱਕ ਬੰਦਾ ਜ਼ਖਮੀ ਹੋਇਆ, ਉਹਨੂੰ ਉੱਥੇ ਅਬਰੋਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮਰਨ ਵਾਲੇ ਦਾ ਕੀ ਨਾਂ ਜੀ ਜਿਹਦੀ ਡੈਥ ਹੋਈ ਆ? ਮਰਨ ਵਾਲਾ ਨਾਮ ਗੁਰਦੀਪ ਸਿੰਘ। ਕਿੱਥੋਂ ਦਾ ਰਹਿਣ ਵਾਲਾ ਸੀ? ਬ੍ਰਹਮਪੁਰ ਦਾ ਰਹਿਣ ਵਾਲਾ। ਅਤੇ ਜਿਹੜੇ ਕਾਰਨ ਅੱਜ ਕੀ ਦੱਸੇ ਜਾ ਰਹੇ ਆ, ਗੱਡੀ ਕਿੱਧਰੋਂ ਆ ਰਹੀ ਸੀ, ਟਰਾਲੀ ਕਿੱਧਰੋਂ ਜਾ ਰਹੀ ਸੀ? ਗੱਡੀ ਜਿਹੜੀ ਨਾ ਇਹ ਆ ਰਹੀ ਦੀਨਾਨਗਰ ਵਾਲੀ ਸਾਈਡ ਤੋਂ ਆ ਰਹੀ ਅਤੇ ਇਹ ਟਰੈਕਟਰ ਟਰਾਲੀ ਇੱਧਰ ਦੀਨਾਨਗਰ ਪਾਸੇ ਨੂੰ ਜਾ ਰਹੀ ਅਤੇ ਜਿਹਨੇ ਟਰਾਲੀ ਦੇ ਉੱਤੇ ਵੱਡੀ ਟਰਾਲੀ ਹੁੰਦੀ ਨਾ ਉੱਥੇ ਗੱਠਾਂ ਲੱਦੀਆਂ ਸੀ ਪਰਾਲੀ ਵਾਲੀਆਂ, ਉਹ ਮਤਲਬ ਜਦੋਂ ਗੱਡੀ ਕ੍ਰਾਸ ਕਰਨ ਲੱਗੀ ਹੈ ਅਤੇ ਜਿਹੜੀ ਟਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ, ਟਰੈਕਟਰ ਲੰਘ ਗਿਆ ਟਰਾਲੀ ਪਿੱਛੋਂ ਵੱਜ ਗਈ, ਐਂਗਲ ਵਿੱਚ ਵੱਜਿਆ ਅਤੇ ਨਾਲ ਦੇਖੋ ਜਿਹੜਾ ਸਾਡੇ ਧਿਆਨ ਚ ਕੋਈ ਆਉਂਦਾ ਤੇ ਚਲਾਨ ਵੀ ਕੱਟੇ ਜਾ ਰਹੇ ਆ ਤੇ ਜੇ ਕਾਰਵਾਈ ਕਰ ਰਹੇ ਜੋ ਕੰਮ। ਧੰਨਵਾਦ।